ਹਨੀ ਪਿਆਰੇ ਵਿਦਿਆਰਥੀਓ ਤੇ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇੱਕ ਪ੍ਰੈਸ ਨੋਟ ਜਾਰੀ ਕਰਕੇ ਇਹ ਦੱਸਿਆ ਹੈ ਕਿ ਤੁਹਾਡੇ 5ਵੀਂ 8ਵੀਂ ਤੇ 10ਵੀਂ ਦੇ ਸਰਟੀਫਿਕੇਟ ਆ ਚੁੱਕੇ ਨੇ ਜਿਹੜੇ ਅਸੀਂ ਜਿਨ੍ਹਾਂ ਨੂੰ ਅਸੀਂ ਪੱਕੇ ਸਰਟੀਫਿਕੇਟ ਕਹਿੰਦੇ ਹਾਂ ਰੈਗੂਲਰ ਵਿਦਿਆਰਥੀਆਂ ਦੇ ਓਪਨ ਸਕੂਲ ਦੇ ਵਿਦਿਆਰਥੀਆਂ ਦੇ ਸਰਟੀਫਿਕੇਟ ਆ ਗਏ ਨੇ ਇਹ ਪ੍ਰੈਸ ਨੋਟ ਸਾਨੂੰ 1 8 2022 ਦੀ ਤਰੀਕ ਨੂੰ ਪ੍ਰਾਪਤ ਹੁੰਦਾ ਹੈ ਤੇ ਇਸ ਦੇ ਵਿੱਚ ਕੀ ਲਿਖਿਆ ਹੈ ਆਓ ਦੇਖਦੇ ਹਾਂ ਅਸੀਂ ਇਸ ਪ੍ਰੈਸ ਨੋਟ ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਪੰਜਵੀਂ ਅੱਠਵੀਂ ਤੇ ਦਸਵੀਂ ਕਲਾਸ ਦੇ ਜਿਹੜੇ 2022 ਦੇ ਜਿਹੜੇ ਰੈਗੂਲਰ ਤੇ ਓਪਨ ਸਕੂਲ ਦੇ ਵਿਦਿਆਰਥੀ ਨੇ ਦਸਵੀਂ ਦੇ ਰੈਗੂਲਰ ਤੇ ਓਪਨ ਤੇ ਪੰਜਵੀਂ ਅੱਠਵੀਂ ਦੇ ਕੇਵਲ ਰੈਗੂਲਰ ਇਹਨਾਂ ਵਿਦਿਆਰਥੀਆਂ ਦੇ ਜਿਹੜੇ ਸਰਟੀਫਿਕੇਟ ਨੇ ਜਾਂ ਨਤੀਜਾ ਕਾਰਡ ਨੇ ਉਹ ਜ਼ਿਲ੍ਹਾ ਪੱਧਰ ਤੇ ਸਥਿਤ ਜਿਹੜੇ ਖੇਤਰੀ ਦਫ਼ਤਰ ਹੁੰਦੇ ਨੇ ਉਹਨਾਂ ਦੇ ਵਿੱਚ ਆ ਚੁੱਕੇ ਨੇ ਤੇ ਜਿਹੜੇ ਸਬੰਧਤ ਸਕੂਲਾਂ ਦੇ ਮੁਖੀ ਉੱਥੋਂ ਸਰਟੀਫਿਕੇਟ ਲੈ ਸਕਦੇ ਨੇ ਯਾਨੀ ਕਿ ਖੇਤਰੀ ਦਫ਼ਤਰਾਂ ਤੋਂ 2/8/2022 ਤੋਂ ਪ੍ਰਾਪਤ ਕਰ ਸਕਦੇ ਨੇ ਪਰ ਦੋਸਤੋ ਤੇ ਪਿਆਰੇ ਵਿਦਿਆਰਥੀਓ ਕਿ ਸਾਨੂੰ ਇਹ ਸਰਟੀਫਿਕੇਟ ਕਦੋਂ ਮਿਲਣਗੇ 2 ਤਰੀਕ ਨੂੰ ਤਾਂ ਖੇਤਰੀ ਦਫ਼ਤਰਾਂ ਦੇ ਵਿੱਚ ਆਏ ਨੇ ਅਸੀਂ ਖੇਤਰੀ ਦਫ਼ਤਰਾਂ ਦੇ ਵਿੱਚ ਨਹੀਂ ਜਾਣਾ ਇਹ ਸਕੂਲ ਸਕੂਲ ਮੁਖੀ ਜਾਂ ਸਕੂਲ ਦੇ ਟੀਚਰ ਸੇਵਨ ਜਨਨਕੀ ਉਥੋਂ ਦੇ ਮੁਖੀ ਪ੍ਰਿੰਸੀਪਲ ਸਰ ਇਹ ਉਥੋਂ ਉਹ ਉਥੋਂ ਪ੍ਰਾਪਤ ਕਰਨਗੇ ਤੇ ਜਦੋਂ ਉਹ ਉਥੋਂ ਪ੍ਰਾਪਤ ਹੋ ਗਏ ਤਾਂ ਉਸ ਤੋਂ ਬਾਅਦ ਸਾਨੂੰ ਮਿਲਣਗੇ ਕਹਿਣ ਦਾ ਮਤਲਬ ਸਾਨੂੰ ਕੁਝ ਚਿਰ ਵੇਟ ਕਰਨੀ ਪਵੇਗੀ 4-5 5-6 ਤਰੀਕ ਤੱਕ ਤੇ 5-6 ਤਰੀਕ ਤੋਂ ਬਾਅਦ ਅਸੀਂ ਸਕੂਲ ਦੇ ਵਿੱਚ ਪਤਾ ਕਰ ਸਕਦੇ ਹਾਂ ਕਿ ਸਾਡੇ ਸਰਟੀਫਿਕੇਟ ਆ ਗਏ ਨੇ ਜਾਂ ਨਹੀਂ ਤਾਂ ਪਿਆਰੇ ਵਿਦਿਆਰਥੀਓ ਤੁਸੀਂ 5 ਤਰੀਕ ਤੋਂ ਬਾਅਦ-ਬਾਅਦ ਜਾ ਕੇ ਆਪਣੇ ਸਕੂਲ ਦੇ ਜਿੱਥੇ ਤੁਸੀਂ 10ਵੀਂ ਕਲਾਸ ਦੀ ਪ੍ਰੀਖਿਆ ਪਾਸ ਕੀਤੀ ਹੈ ਜਾਂ 5ਵੀਂ ਦੀ ਜਾਂ 8ਵੀਂ ਦੀ ਤਾਂ ਉੱਥੋਂ ਤੁਸੀਂ ਸਰਟੀਫਿਕੇਟ ਲੈ ਸਕਦੇ ਹੋ ਇਹ ਸਰਟੀਫਿਕੇਟ ਤੁਹਾਨੂੰ ਉਤੋਂ 5 ਤਰੀਕ ਤੋਂ ਬਾਅਦ-ਬਾਅਦ ਯਾਨੀ ਕਿ ਮਿਲ ਜਾਣਗੇ ਕਿਉਂਕਿ 2 ਤਰੀਕ ਨੂੰ ਤਾਂ ਖੇਤਰੀ ਦਫ਼ਤਰਾਂ ਦੇ ਵਿੱਚ ਆਏ ਨੇ ਉਸ ਤੋਂ ਬਾਅਦ ਟੀਚਰ ਸਾਹਿਬਾਨ ਜਾਂ ਸਕੂਲ ਦੇ ਮੁਖੀ ਤੁਹਾਡੇ ਲਈ ਉਹ ਸਰਟੀਫਿਕੇਟ ਉਤੋਂ ਲੈ ਆਣਗੇ ਤੇ ਤੁਸੀਂ ਸਕੂਲ ਦੇ ਵਿੱਚੋਂ 5 6 7 8 ਤਰੀਕ ਤੱਕ ਜਾ ਕੇ ਜਾਂ ਆਪਣੇ ਸਕੂਲ ਦੇ ਵਿੱਚੋਂ ਜਿੱਥੇ ਤੁਸੀਂ ਪੜਦੇ ਹੋ ਜੇਕਰ ਤੁਸੀਂ 11ਵੀਂ ਕਰ ਰਹੇ ਹੋ ਤਾਂ ਉਸ ਸਕੂਲ ਦੇ ਵਿੱਚ ਹੋਵੋਗੇ ਜਾਂ 6ਵੀਂ ਕਰ ਰਹੇ ਹੋ ਉੱਥੋਂ ਹੀ 9ਵੀਂ ਕਲਾਸ ਦੇ ਵਿੱਚ ਪੜ ਰਹੇ ਹੋ ਤਾਂ ਉਸੇ ਜਗ੍ਹਾ ਤੋਂ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਦੱਸ ਦਿੱਤਾ ਜਾਵੇਗਾ ਕਿ ਤੁਹਾਡੇ ਸਰਟੀਫਿਕੇਟ ਆ ਗਏ ਨੇ ਤੇ ਤੁਸੀਂ ਪ੍ਰਾਪਤ ਕਰ ਸਕਦੇ ਹੋ ਤੇ ਇਹ ਸੀ ਅੱਜ ਦੀ ਜਿਹੜੀ ਇਨਫੋਰਮੇਸ਼ਨ ਤੇ ਪ੍ਰੈਸ ਨੋਟ ਜੇਕਰ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਲਾਈਕ ਵੀ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਸਾਰੇ ਹੀ ਵਿਦਿਆਰਥੀਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ